5 FIR ਹੋ ਚੁੱਕੀਆਂ ਨੇ ਸਰਕਾਰ ਇਹਦੇ ਬਾਬਤ ਕੁਝ ਬੋਲ ਹੀ ਨਹੀਂ ਰਹੀ ਸਾਡਾ ਸਰਕਾਰ ਨੂੰ ਵੀ ਸਵਾਲ ਹੈ ਵੀ ਸਰਕਾਰ ਅੱਜ ਕੀ ਕਰੇ ਸਰਕਾਰ ਸਾਨੂੰ ਵੀ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੌਫਟ ਹਿੰਦੂਤਵ ਦੇ ਏਜੰਟੇ ਨਾਲ ਚੱਲਦੀ ਆ ਇਹ ਵੀ ਕੋਈ ਬਹੁਤਾ ਜਿਹੜੀ ਆਰਐਸਐ ਉਹਦੇ ਨਾਲੋਂ ਕੋਈ ਬਹੁਤਾ ਫਰਕ ਨਹੀਂ ਹੈਗਾ ਇਹ ਲੁਕਿਆ ਹੋਇਆ ਕੱਚਾ ਇਹ ਵੀ ਆਪਦੀ ਪੈਂਟ ਦੇ ਥੱਲੇ ਪਾਉਂਦੇ ਹੀ ਨਹੀਂ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਰੋਧ ਹੈ ਜਿਹੜਾ ਸਰਕਾਰ ਦਾ ਜਿਹੜਾ ਇਹ ਹਿੰਦੂਤਵ ਦਾ ਵਿਰੋਧ ਹੈ ਉਹ ਕਰਨੋਂ ਹੀ ਚੁੱਪ ਹੋ ਜਾਣ ਉਹ ਲੋਕ ਹੀ ਬੋਲਣੋਂ ਆਵਾਜ਼ ਦੀ ਆਵਾਜ਼ ਬੰਦ ਕਰ ਲੈਣ ਇਸੇ ਕਰਕੇ ਇਹਨਾਂ ਪਰਚਿਆਂ ਦਾ ਹੋਰ ਕੋਈ ਮਕਸਦ ਨਹੀਂ ਹੈਗਾ ਜਿਹੜੀਆਂ ਕੋਈ ਫੇਸਬੁੱਕ ਤੇ ਜਿਨੇ ਪੋਸਟਾਂ ਪਾਈਆਂ ਨੇ ਜਿਨੇ ਕੋਈ ਵੀਡੀਓਜ਼ ਪਾਈਆਂ ਨੇ ਉਹ ਤੁਸੀਂ ਨਾ ਦੇਖੋ ਜੇ ਤੁਹਾਡੀਆਂ ਭਾਵਨਾਵਾਂ ਨੂੰ ਇਨੀ ਠੇਸ ਪਹੁੰਚ ਰਹੀ ਹੈ ਹੋ ਕੀ ਰਿਹਾ ਹੋ ਕੀ ਰਿਹਾ ਵੀ ਤੁਸੀਂ ਉਸ ਤੋਂ ਵੱਧ ੜਕਾ ਉਹ ਚੀਜ਼ਾਂ ਲੋਕਾਂ ਦੇ ਵਿੱਚ ਲੈ ਕੇ ਆ ਰਹੇ ਹੋ ਤੇ ਭਾਵਨਾਵਾਂ ਉਹਨਾਂ ਦੀ ਅਜ ਪੜਕ ਰਹੀਆਂ ਨੇ ਜਿਹੜੇ ਸਭ ਤੋਂ ਵੱਧ ਇਸ ਮੁਲਕ ਦੇ ਵਿੱਚ ਤੰਦਵ ਕਰ ਰਹੇ ਨੇ ਇਸ ਤਰ੍ਹਾਂ ਦਾ ਜਿਹੜੇ ਸਭ ਤੋਂ ਵੱਧ ਗੰਦ ਪਾ ਰਹੇ ਨੇ ਇਸ ਸੱਤਾ ਦੇ ਖਿਲਾਫ ਇਹ ਜਿਹੜਾ ਸਾਡੇ ਇਸ ਮੁਲਕ ਦੇ ਵਿੱਚ ਇਹ ਜਿਹੜਾ ਗੰਦ ਪੈ ਰਿਹਾ ਵਾ ਜਿਹੜਾ ਚੋਣਾਂ ਤੱਕ ਆਉਂਦੇ ਹੋਏ ਹੋਰ ਤੇਜ਼ੀ ਨਾਲ ਵਧ ਰਿਹਾ ਵਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਰੁੱਧ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਅੱਜ ਸਿਰਫ ਉਹਨਾਂ ਨੂੰ ਦਬਾਉਣ ਦੇ ਲਈ ਬੰਦ ਕਰਨ ਦੇ ਲਈ ਤੇ ਇੱਕ ਏਸ ਹਿੰਦੂਤਾ ਫਾਸੀਵਾਦ ਦਾ ਪੰਜਾਬ ਦੇ ਵਿੱਚ ਆਧਾਰ ਖੜਾ ਕਰਨ ਦੇ ਲਈ ਇਹ ਜਿਹੀਆਂ ਕੋਸ਼ਿਸ਼ਾਂ ਜਿਹੜੀਆਂ ਅੱਜ ਉਹ ਕੀਤੀਆਂ ਜਾ ਰਹੀਆਂ। ਉਹ ਤੁਸੀਂ ਇੰਟਰਵਿਊ ਚੱਕ ਕੇ ਹੇਠਲੇ ਕਮੈਂਟ ਪੜ੍ਹ ਲਓ। ਬਹੁਤ ਸਾਰੇ ਲੋਕਾਂ ਨੇ ਸ਼ਲਾਘਾ ਕੀਤੀ ਹੈ, ਤਰਕ ਦੇ ਆਧਾਰ ਤੇ ਕੀਤੀ ਹੈ। ਉਹ ਜਿਹੜੀਆਂ ਗੱਲਾਂ ਕਰਦੇ ਨੇ ਉਹ ਉਹਦਾ ਉਹ ਦਿੰਦੇ ਨਹੀਂ ਵੀ ਪਿੱਛੋਂ ਇਹ ਮੈਂ ਕਿਹੜੀ ਹਾਂ ਮੈਂ ਫੈਕਟ ਦਿੰਦੇ ਨੇ ਉਹ ਵੀ ਮੈਂ ਇਸ ਕਿਹੜੇ ਆਧਾਰ ਤੇ ਇਹ ਗੱਲ ਕਰ ਰਿਹਾ। ਤੇ ਥੱਲੇ ਜਿਹੜੇ ਲੋਕ ਉਹਦਾ ਵਿਰੋਧ ਕਰ ਰਹੇ ਨੇ ਉਹ ਕੀ ਕਰ ਰਹੇ ਨੇ ਸਿਰਫ ਗਾਲ੍ਹਾਂ ਕੱਢ ਰਹੇ ਨੇ ਉਹ ਧਮਕੀਆਂ ਦੇ ਰਹੇ ਨੇ ਉਹਨਾਂ ਕੋਲ ਅਸਲ ਵਿੱਚ ਦਿਮਾਗ ਦੇ ਬੋਝੇ ਖਾਲੀ ਹੋ ਚੁੱਕੇ ਨੇ ਇਹਨੂੰ ਹਵਾ ਅੱਜ ਕੱਲ ਦੀ ਸਰਕਾਰ ਖਾਸ ਤੌਰ ਤੇ ਜਿਹੜੀ ਭਾਜਪਾ ਦੀ ਫਾਸ਼ੀਵਾਦੀ ਸਰਕਾਰ ਹੈ ਉਹ ਦੇ ਰਹੀ ਹੈ ਨਾਲ ਦੀ ਨਾਲ ਜਿਹੜੀ ਕੇਜਰੀਵਾੜ ਸਰਕਾਰ ਹੈ ਤੇ ਹੋਰ ਬਹੁਤ ਸਾਰੀਆਂ ਸਰਕਾਰਾਂ ਇਹਨੂੰ ਅਸੀਂ ਕਾਂਗਰਸ ਨੂੰ ਇਹਦੇ ਵਿੱਚੋਂ ਬਰੀ ਨਹੀਂ ਕਰਦੇ ਕਾਂਗਰਸ ਬਹੁਤ ਵੱਡੀ ਦੋਸ਼ੀ ਰਹੀ ਹੈ ਇਹ ਸਾਰੇ ਕੰਮ ਦੇ ਲਈ ਕਾਂਗਰਸ ਨੇ ਵੀ ਬਹੁਤ ਵੱਡਾ ਰੋਲ ਨਿਭਾਇਆ ਹੈ ਤੇ ਅੱਜ ਵੀ ਉਹ ਉਸੇ ਤਰ੍ਹਾਂ ਦੇ ਏਜੰਡੇ ਨਾਲ ਚੱਲ ਰਹੀ ਹੈ ਪਰ ਇਸ ਵੇਲੇ ਜਿਹੜੀ ਸੱਤਾ ਦੇ ਵਿੱਚ ਬੈਠੀ ਸਰਕਾਰ ਹੈ ਉਹਦੀ ਸ਼ਰਿਆਮ ਖੁੱਲੀ ਸ਼ਾਇ ਇੰਨਾ ਤਾਕਤਾਂ ਦੇ ਰਹੀ। ਰਾਮ ਮੰਦਰ ਦੇ ਦੁਕਾਟਣ ਤੋਂ ਬਾਅਦ ਪੰਜਾਬ ਦੇ ਵਿੱਚ 295 A ਦੇ ਕਈ ਪਰਚੇ ਦਰਜ ਕੀਤੇ ਗਏ ਹੁਣ ਤੱਕ 5 ਐਫਆਈ ਆਫਆਈਆਰ ਜਿਹੜੀਆਂ 295 ਦੀਆਂ ਦਰਜ ਕੀਤੀਆਂ ਗਈਆਂ ਨੇ ਔਰ ਜਮੂਰੀ ਅਧਿਕਾਰ ਸਭਾ ਦੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਔਰ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਕੀ ਇਹ ਜਿਹੜੀ ਬੋਲਣ ਦੀ ਆਜ਼ਾਦੀ ਦੇ ਉੱਤੇ ਹਮਲਾ ਹੋ ਰਿਹਾ ਤਾਂ ਇਹ ਸਾਰੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਜਮੂਰੀਦਕਾਰ ਸਭਾ ਤੋਂ ਮੇਰੇ ਨਾਲ ਜਮੂਰੀਦਕਾਰ ਸਭਾ ਦੇ ਜੋ ਪ੍ਰੈਸ ਕਤਰ ਨੇ ਮੇਰੇ ਨਾਲ ਅਮਨ ਨੇ ਅਮਨ ਅੱਜ ਤੁਸੀਂ ਵੀ ਮੀਟਿੰਗ ਕੀਤੀ ਔਰ ਹੋ ਰਹੀ ਹੈ ਗੱਲ ਕਿ ਜਿਹੜੀ ਬੋਲਣ ਦੀ ਆਜ਼ਾਦੀ ਤੇ ਲਗਾਤਾਰ ਜਿਹੜਾ ਸੰਘ ਕੁੱਟਿਆ ਜਾ ਰਿਹਾ ਔਰ ਸਾਜ਼ਿਸ਼ ਤਹਿਤ ਜਿਹੜੀਆਂ 295 ਦੇ ਪਰਚੇ ਨੇ 5 ਐਫ ਆਈ ਆਰ ਜਿਹੜੀਆਂ ਹੋਈਆਂ ਨੇ ਉਹ ਸਾਜ਼ਿਸ਼ ਤਹਿਤ ਹੋਈਆਂ ਨੇ ਇਹ ਕਿਉਂ ਕਿਹਾ ਜਾ ਰਿਹਾ ਅ ਦੇਖੋ ਇਹ ਇਹ ਕਿਸੇ ਵੀ ਬੰਦੇ ਸੰਵਿਧਾਨ ਜਿਹੜਾ ਵਾ ਸੰਵਿਧਾਨ ਦੇ ਤਹਿਤ ਹਰੇਕ ਬੰਦੇ ਦਾ ਆਪਦੀ ਆਜ਼ਾਦ ਆਜ਼ਾਦ ਸੋਚ ਹੈ ਜਿਹੜੇ ਆਪਦੇ ਵਿਚਾਰ ਰੱਖਣ ਦਾ ਹਰੇਕ ਬੰਦੇ ਕੋ ਜਿਹੜੀ ਹੈ ਲੋਕਾਂ ਦੀ ਉਹਨੂੰ ਬੰਦ ਕਰਨ ਦੇ ਲਈ ਇਹੋ ਜੇ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਸਾਡੇ ਮੁਲਕ ਦੇ ਵਿੱਚ ਪਏ ਨੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਬਹੁਤ ਸਾਰੇ ਲੋਕ ਨੇ ਜਿਹੜੇ ਹਮੇਸ਼ਾ ਲੋਕਪੱਖੀ ਗੱਲਾਂ ਕਰਦੇ ਨੇ ਜਿਹੜੇ ਲੋਕਾਂ ਦੇ ਹੱਕਾਂ ਲਈ ਖੜਦੇ ਰਹੇ ਨੇ ਉਹਨਾਂ ਨੂੰ ਚਾਹੇ ਯੂਪੀਏ ਹੋਵੇ ਟਾਡਾ ਪੋਟਾ ਪਹਿਲਾਂ ਹੋਣ ਜਾਂ ਫਿਰ ਹੋਰ ਇਸ ਤਰ੍ਹਾਂ ਦੇ ਮੁਕੱਦਮੇ ਨੇ ਸਡਿਸ਼ਨ ਵਰਗੇ ਦੇਸ਼ਤਰੋ ਵਰਗੇ ਮੁਕੱਦਮੇ ਆ ਚ ਅੰਦਰ ਕੀਤਾ ਹੋਇਆ ਹੈ ਇਸੇ ਤਰ੍ਹਾਂ ਇੱਕ ਨਵਾਂ ਕਾਨੂੰਨ ਹੈ ਜਿਹੜਾ ਵੀ ਕਿਉਂਕਿ ਭਾਰਤ ਤੋਂ ਜੇ ਆਪਾਂ ਪੰਜਾਬ ਤੋਂ ਬਾਹਰਲੀ ਗੱਲ ਕਰੀਏ ਉੱਥੇ ਕੀ ਹੋ ਰਿਹਾ ਉੱਥੇ ਜਿਹੜੇ ਹੈ ਹਿੰਦੂਤਵੀ ਫਾਸ਼ੀਵਾਦੀ ਨੇ 22 ਜਨਵਰੀ ਦੀ ਘਟਨਾ ਤੋਂ ਪਹਿਲਾਂ ਤੇ ਉਹ ਤੋਂ ਬਾਅਦ ਤੋਂ ਲਗਾਤਾਰ ਭਾਵੇਂ ਉਹ ਮੁੰਬਈ ਦੀ ਘਟਨਾ ਹੈ ਭਾਵੇਂ ਉਹ ਆੜੜ ਥਾਵਾਂ ਦੇ ਉੱਤੇ ਘਟਨਾ ਹੈ ਦੀ ਚਰਚਾਂ ਦੇ ਉੱਤੇ ਭਾਵੇਂ ਉਹ ਜਿਹੜੇ ਮਸਜਿਦਾਂ ਨੇ ਉਹਨਾਂ ਦੇ ਉੱਤੇ ਪੜਕਾਉ ਭਾਸ਼ਣ ਦੇਣੇ ਉੱਥੇ ਗੀਤ ਲਾ ਕੇ ਨੱਚਣਾ ਉਹ ਮੁਸਲਮਾਨਾਂ ਦੇ ਸ਼ਰੇਆਮ ਕਤਲਿਆਮ ਕਰਨ ਦੀਆਂ ਆਪਦੇ ਜਿਹੜੀਆਂ ਹੋਰ ਮਤਲਬ ਕਈ ਕੀ ਤਰ੍ਹਾਂ ਦੀਆਂ ਮੀਟਿੰਗਾਂ ਦੇ ਵਿੱਚ ਖੁੱਲੇ ਸੱਦੇ ਦਿੱਤੇ ਰਹੇ ਉਹ ਇੱਕ ਹੋਰ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਪੰਜਾਬ ਤੋਂ ਬਾਹਰ ਸਿਰਜਿਆ ਜਾ ਰਿਹਾ ਜਿੱਥੇ ਮੁਸਲਮਾਨਾਂ ਦੇ ਅੰਦਰ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਘੱਟ ਗਿਣਤੀਆਂ ਨੂੰ ਸਿੱਧਾ ਨਿਸ਼ਾਨਾ ਬਣਾ to. ਇਸ ਕਿਸਮ ਦੀ ਉਹ ਸਾਜਿਸ਼ ਰਚ ਨਹੀਂ ਸਕਦੇ ਤੇ ਜਥੇਬੰਦੀਆਂ ਦਾ ਇੱਕ ਬਹੁਤ ਚੰਗਾ ਆਧਾਰ ਵੀ ਰਿਹਾ ਇਸ ਕਰਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਰਸ਼ਾਂ ਕੀਤੀਆਂ ਜਾ ਰਹੀਆਂ ਵੀ ਜਿਹੜੇ ਵੀ ਕੋਈ ਲੋਕ ਪੰਜਾਬ ਚੋਂ ਬੋਲ ਰਹੇ ਨੇ ਕਿਉਂਕਿ ਹੋਰ ਤੱਕ ਇਹ ਤੋਂ ਆਵਾਜ਼ਾਂ ਕੋਈ ਤਿੱਖੀਆਂ ਆ ਹੀ ਨਹੀਂ ਰਹੀਆਂ ਸਿਰਫ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਇਸ ਗੱਲ ਦਾ ਵੀ ਜਿਹੜੀ ਤੁਸੀਂ ਰਾਮ ਮੰਦਰ ਦੀ ਸਥਾਪਨਾ ਦੀ ਗੱਲ ਕਰ ਰਹੇ ਹੋ ਉਹ ਇੱਕ ਮਸਜਿਦ ਨੂੰ ਤੋੜ ਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੜਵਾੜ ਕਰਕੇ ਉੱਥੇ ਉੱਤੇ ਬਣਾਈ ਗਈ ਹੈ ਤੇ ਅੱਜ ਉਸ ਮੰਦਰ ਨੂੰ ਤੁਸੀਂ ਮਨਾ ਰਹੇ ਹੋ ਤੇ ਉਹ ਜਿਹੜੀ ਮਸਜਿਦ ਤੋੜੀ ਸੀ ਸੁਪਰੀਮ ਕੋਰਟ ਯਾਹ ਖਦਾਈ ਉਸ ਮਸਜਿਦ ਦੇ ਥੱਲੇ ਕੋਈ ਮੰਦਿਰ ਨਹੀਂ ਸੀ ਫੇਰ ਵੀ ਕਿਉਂਕਿ ਲੋਕਾਂ ਦੀ ਭਾਵਨਾਵਾਂ ਜੁੜੀਆਂ ਇਸ ਕਰਕੇ ਅਸੀਂ ਮੰਦਿਰ ਬਣਾਉਂਦੀ ਇਜਾਜ਼ਤ ਦਿੰਦੇ ਆ ਸੁਪਰੀਮ ਕੋਰਟ ਉਸ ਮਸਜਿਦ ਨੂੰ ਤੋੜਨ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੰਦਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਅੱਜ ਮਨਾਇਆ ਜਾ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਦੋਂ ਲੋਕਾਂ ਨੇ ਇਹਦਾ ਵਿਰੋਧ ਕੀਤਾ ਵੀ ਇਹ ਕੋਈ ਚੰਗੀ ਗੱਲ ਨਹੀਂ ਹੈ ਇਹ ਬਹੁਤ ਘਟਿਆ ਗੱਲ ਹੈ ਇਹ ਜਿਹੜੀ ਹਿੰਦੂ ਤਾਂ ਵੀ ਫਾਸ਼ੀਵਾਦ ਵੱਲ ਵਧਦੇ ਹੋਏ ਕਦਮ ਨੇ ਇਸ ਦੇ ਨਾਲ ਜਿਹੜੀ ਘਟਗਿੰਤਿਆਂ ਨੇ ਉਹਨਾਂ ਨੂੰ ਹੋਰ ਤਿੱਖਾ ਨਿਸ਼ਾਨਾ ਬਣਾਇਆ ਜਾ ਰਿਹਾ ਜਦੋਂ ਇਨ੍ਹਾਂ ਚੀਜ਼ਾਂ ਦੇ ਉੱਤੇ ਸਵਾਲ ਕੀਤੇ ਗਏ ਇੱਕ ਵਿਗਿਆਨਕ ਨਜ਼ਰੀਏ ਦੇ ਨਾਲ ਖਾਸ ਤੌਰ ਤੇ ਤਰਕ ਉਹਨਾਂ ਦੇ ਉੱਤੇ ਪਰਚੇ ਕੀਤੇ ਗਏ ਇੱਕ ਤੋਂ ਬਾਅਦ ਇੱਕ ਅੱਡ ਅੱਡ ਥਾਵਾਂ ਦੇ ਉੱਤੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਪਰਚੇ ਸਾਨੂੰ ਦੇਖਣ ਦੇ ਵਿੱਚ ਆਉਂਦੇ ਆ ਜਿਹੜੇ ਕਿ ਬਿਲਕੁਲ ਹੀ ਬੇਬੁਨਿਆਦ ਹੈ ਕਿਉਂਕਿ ਇਹ ਸਾਨੂੰ ਜਿਹੜੀ ਆਜ਼ਾਦੀ ਹੈ ਹਰੇਕ ਬੰਦੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਅਮਣ ਫਿਰ ਇਹ ਕਿਸ ਤਰ੍ਹਾਂ ਨਾਲ ਦੇਖਦੇ ਹਾਂ ਪੰਜਾਬ ਦੇ ਲੋਕਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਲੋਕ ਕਸ਼ਮੀਰੀਆਂ ਦੀ ਵੀ ਗੱਲ ਕਰਦੇ ਨੇ ਪੰਜਾਬ ਦੇ ਲੋਕ ਆਦਿਵਾਸੀਆਂ ਦੀ ਗੱਲ ਕਰਦੇ ਨੇ ਜਿੱਥੇ ਤੱਕਾ ਹੋ ਰਿਹਾ ਉਹਨਾਂ ਦੇ ਉਹਨਾਂ ਦੇ ਲਈ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਬਣਦੇ ਨੇ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋਣ ਲੱਗ ਗਿਆ ਤੇ ਫਿਰ ਬੋਲੇਗਾ ਕੌਣ ਸਾਰੇ ਡਰਨਗੇ ਕਿ ਪਰਚਾ ਹੋ ਗਿਆ ਅਗਲੇ ਰਸਤੇ ਕੀ ਹੋਣਗੇ ਬਿਲਕੁਲ ਇਹ ਪਰਚੇ ਕਰਨ ਦਾ ਅਸਲ ਮਕਸਦ ਇਹੀ ਹੈ ਵੀ ਲੋਕਾਂ ਨੂੰ ਇੰਨਾ ਡਰਾ ਦਿੱਤਾ ਜਾਵੇ ਵੀ ਉਹ ਕੋਈ ਵੀ ਬੰਦਾ ਇਸ ਗੱਲ ਇਹ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਰੋਧ ਹੈ ਜਿਹੜਾ ਸਰਕਾਰ ਦਾ ਜਿਹੜਾ ਇਹ ਹਿੰਦੂਤਵ ਦਾ ਵਿਰੋਧ ਹੈ ਉਹ ਕਰਨੋ ਹੀ ਚੁੱਪ ਹੋ ਜਾਣ ਉਹ ਲੋਕ ਹੀ ਬੋਲਣੋਂ ਆਵਾਜ਼ ਬੰਦ ਕਰ ਲੈਣ ਇਸੇ ਕਰਕੇ ਇਹਨਾਂ ਪਰਚਿਆਂ ਦਾ ਹੋਰ ਕੋਈ ਮਕਸਦ ਨਹੀਂ ਹੈਗਾ ਉਹਨਾਂ ਲੋਕਾਂ ਨੂੰ ਜਿਹੜੇ ਬੋਲਦੇ ਨੇ ਉਹਨਾਂ ਨੂੰ ਹਰਾਸ ਕਰਨਾ ਤੇ ਨਾਲ ਦੀ ਨਾਲ ਹੋਰ ਇੱਕ ਵੱਡੀ ਆਬਾਦੀ ਦੇ ਤੱਕ ਇਹ ਗੱਲ ਲੈ ਕੇ ਜਾਣਾ ਵੀ ਤੁਸੀਂ ਹੁਣ ਚੁੱਪ ਕਰ ਜਾਓ ਤੁਹਾਡੀ ਜ਼ੁਬਾਨ ਭਾਵੇਂ ਤੁਸੀਂ ਪੰਜਾਬ 'ਚ ਬੈਠੇ ਹੋ ਪੰਜਾਬ 'ਚ ਸਾਡੀ ਹਿੰਦੂਆਂ ਜਿਹੜੀ ਹਿੰਦੂਤਵ ਦੀ ਭੀੜ ਹੈ ਜਿਹੜੀ ਇਹਨਾਂ ਦੀ ਐਸਐਸ ਵਾਲੇ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਵਰਗੀਆਂ ਜਿਹੜੇ ਇਹਨਾਂ ਦੇ ਗੁੰਡੇ ਪਾਲ ਰੱਖੇ ਨੇ ਭਾਵੇਂ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਆਧਾਰ ਨਹੀਂ ਹੈ ਉਹ ਸਿੱਧਾ ਹੋ ਕੇ ਭੀੜ ਤੰਤਰ ਦੇ ਵਾਂਗੂ ਲੋਕਾਂ ਨੂੰ ਸਜ਼ਾ ਨਹੀਂ ਦੇ ਸਕਦੇ ਪਰ ਉਹ ਕਹਿੰਦੇ ਅਸੀਂ ਕਾਨੂੰਨ ਦੇ ਰਾਹੀਂ ਤੁਹਾਨੂੰ ਸਜ਼ਾ ਦੇਵਾਂਗੇ ਅਸੀਂ ਕਾਨੂੰਨ ਦੇ ਰਾਹੀਂ ਤੁਹਾਨੂੰ ਆ ਕੇ ਫੜਾਂਗੇ ਇਸ ਕਰਕੇ ਤੁਹਾਡੀ ਸਾਰੀ ਜਮਹੂਰੀ ਸਪੇਸ ਆ ਜਿਹੜੀ ਉਹਨੂੰ ਕੁਚਲਣ ਦੇ ਲਈ 295ਏ ਵਰਗੀਆਂ ਧਰਾਵਾਂ ਲਾਈਆਂ ਜਾ ਰਹੀਆਂ ਨੇ ਤੇ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਹੈ ਵੀ ਇਹਦੇ ਵਿੱਚ ਪੰਜਾਬ ਸਰਕਾਰ ਅੱਜ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ 5 ਐਫਆਈਆਰ ਹੋ ਚੁੱਕੀਆਂ ਨੇ ਸਰਕਾਰ ਇਹਦੇ ਬਾਬਤ ਕੁਝ ਬੋਲ ਹੀ ਨਹੀਂ ਰਹੀ ਸਾਡਾ ਸਰਕਾਰ ਨੂੰ ਵੀ ਸਵਾਲ ਹੈ ਵੀ ਸਰਕਾਰ ਅੱਜ ਕੀ ਕਰੇ ਸਰਕਾਰ ਸਾਨੂੰ ਵੀ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੌਫਟ ਹਿੰਦੂਤਵ ਦੇ ਏਜੰਡੇ ਨਾਲ ਚੱਲਦੀ ਆ ਇਹ ਵੀ ਕੋਈ ਬਹੁਤਾ ਜਿਹੜੀ ਆਰਐਸਐ ਉਹਦੇ ਨਾਲੋਂ ਕੋਈ ਬਹੁਤਾ ਫਰਕ ਨਹੀਂ ਹੈਗਾ ਇਹ ਲੁਕਿਆ ਹੋਇਆ ਕੱਚਾ ਇਹ ਵੀ ਆਪਦੀ ਪੈਂਟ ਦੇ ਥੱਲੇ ਪਾਉਂਦੇ ਹੀ ਨਹੀਂ ਉਸੇ ਤਰ੍ਹਾਂ ਦੇ ਕੱਚਾ ਧਰੀ ਇਹ ਵੀ ਨੇ ਇਹ ਵੀ ਨਾਗਪੁਰ ਵਾਂਗੂ ਹੀ ਉਹ ਸਿੰਧੂਤਵ ਦੇ ਏਜੰਡੇ ਨੂੰ ਲਾਗੂ ਕਰਨ ਲਈ ਚੱਲਦੇ ਨੇ ਜਿਵੇਂ ਜਦੋਂ ਰਾਮ ਮੰਦਰ ਦਾ ਉਦਘਾਟਨ ਹੋਣਾ ਸੀ ਉਦੋਂ ਕੇਜਰੀਵਾਲ ਨੇ ਵੀ ਆਖਿਆ ਨੇ ਵੀ ਮੈਂ ਇੱਥੇ ਪਾਠ ਕਰੂੰਗਾ ਕਈ ਤਰ੍ਹਾਂ ਦੇ ਅੱਡ ਅੱਡ ਦਿੱਲੀ ਦੇ ਵਿੱਚ ਇਹ ਧਰਮ ਤੇ ਰਾਜ ਦੁਨੀਆ ਅਡੜ ਹੋਣੇ ਚਾਹੀਦੇ ਨੇ ਸਰਕਾਰਾਂ ਨੂੰ ਕਿਸੇ ਵੀ ਇੱਕ ਧਰਮ ਦੀ ਜਿਹੜੀ ਆ ਉਹ ਹਮਾਇਤ ਨਹੀਂ ਕਰਨੀ ਚਾਹੀਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਥੇ ਇਹਨਾਂ ਵੱਲੋਂ ਜਲੂਸ ਕੱਢਿਆ ਇਹਦਾ ਵਿਦਿਆਕਦਾਰਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਥਾਂ ਨਹੀਂ ਹੈਗੀ ਜੇ ਇਸ ਤਰ੍ਹਾਂ ਦੀਆਂ ਹਰ ਚੀਜ਼ਾਂ ਹੋਣਗੀਆਂ ਸਮਾਜ ਦੇ ਵਿੱਚ ਇਹ ਵਧਣਗੀਆਂ ਮਤਲਬ ਰੋਕਣ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੀ ਜਿਹੜੀ ਆਵਾਜ਼ ਹੈ ਉਹ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਹੋਣੇ ਚਾਹੀਦੇ ਆ ਕਿ ਇਹ ਘਟਨਾਵਾਂ ਰੁਕਣ ਔਰ ਇੱਕ ਚੰਗੇ ਸਮਾਜ ਦੇ ਲਈ ਚੰਗੇ ਸਮਾਜ ਦੇ ਵਿੱਚ ਤਾਂ ਕਿਸੇ ਦੀ ਆਸਥਾ ਨੂੰ ਕੋਈ ਠੇਸ ਵੀ ਨਹੀਂ ਪਹੁੰਚਾਉਂਦਾ ਕਿਉਂਕਿ ਸਾਰਿਆਂ ਦੀ ਰਿਸਪੈਕਟ ਹੁੰਦੀ ਹੈ ਚਾਹੇ ਕਿਸੇ ਵੀ ਧਰਮ ਦਾ ਹੋਵੇ ਦੇਖੋ ਇਹ ਆਸਥਾ ਨੂੰ ਠੇਸ ਤਾਂ ਹੁਣ ਕੋਈ ਵੀ ਬੰਦਾ ਕਿਸੇ ਵੀ ਗੱਲ ਤੇ ਆਖ ਸਕਦਾ ਇਹ ਮੇਰੀ ਆਸਥਾ ਨੂੰ ਠੇਸ ਪਹੁੰਚ ਰਹੀ ਹੈ ਤੁਸੀਂ ਆ ਗੱਲ ਬੋਲੋ ਨਾ ਇਹਦਾ ਮਤਲਬ ਹੈ ਇਹ ਕੋਈ 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 ਸਾਂਚਾ ਥੋੜੀ ਹੈ ਕੋਈ ਪੈਰਾਮੀਟਰ ਨਹੀਂ ਹੈ ਕੋਈ ਸਾਂਚਾ ਹੀ ਨਹੀਂ ਹੈ ਵੀ ਕਿਹਦੀ ਭਾਵਨਾਵਾਂ ਦਾ ਕੀ ਪਤਾ ਕਦੋਂ ਠੇਸ ਪਹੁੰਚ ਜਾਵੇ ਇਸ ਕਰਕੇ ਇਹ ਕੋਈ ਪੈਮਾਨਾ ਹੀ ਨਹੀਂ ਹੋਣਾ ਚਾਹੀਦਾ ਤੁਹਾਡੀਆਂ ਭਾਵਨਾਵਾਂ ਤੁਸੀਂ ਆਪਦੇ ਅੰਦਰ ਰੱਖੋ ਹੁਣ ਜਿਹੜੀਆਂ ਕੋਈ ਫੇਸਬੁੱਕ ਤੇ ਜਿਨੇ ਪੋਸਟਾਂ ਪਾਈਆਂ ਨੇ ਜਿਨੇ ਕੋਈ ਵੀਡੀਓਜ਼ ਪਾਈਆਂ ਨੇ ਉਹ ਤੁਸੀਂ ਨਾ ਦੇਖੋ ਜੇ ਤੁਹਾਡੀਆਂ ਭਾਵਨਾਵਾਂ ਨੂੰ ਇਨੀ ਠੇਸ ਪਹੁੰਚ ਰਹੀ ਹੈ ਹੋ ਕੀ ਰਿਹਾ ਹੋ ਕੀ ਰਿਹਾ ਵੀ ਤੁਸੀਂ ਉਸ ਤੋਂ ਵੱਧ ੜੜਕਾ ਉਹ ਚੀਜ਼ਾਂ ਲੋਕਾਂ ਦੇ ਵਿੱਚ ਲੈ ਕੇ ਆ ਰਹੇ ਹੋ ਤੇ ਭਾਵਨਾਵਾਂ ਉਹਨਾਂ ਦੀ ਅਜੇ ੜਕ ਰਹੀਆਂ ਨੇ ਜਿਹੜੇ ਸਭ ਤੋਂ ਵੱਧ ਇਸ ਮੁਲਕ ਦੇ ਵਿੱਚ ਤੰਡਵ ਕਰ ਰਹੇ ਨੇ ਇਸ ਤਰ੍ਹਾਂ ਦਾ ਜਿਹੜੇ ਸਭ ਤੋਂ ਵੱਧ ਗੰਦ ਪਾ ਰਹੇ ਨੇ ਉਹ ਉਹ ਜਾਣਬੁੱਝ ਕੇ ਇੱਥੇ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਬਹੁ ਗਿਣਤੀ ਨਹੀਂ ਹੈਗੀ ਇੱਥੇ ਇਸ ਤਰ੍ਹਾਂ ਦੀ ਉਹਨਾਂ ਨੂੰ ਸਪੇਸ ਨਹੀਂ ਮਿਲ ਰਹੀ ਹੈਗੀ ਇਸ ਇਸ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਉਹ ਬਾਹਰ ਆ ਰਹੇ ਨੇ ਅਸੀਂ ਇਹ ਹੀ ਗੱਲ ਇੱਕ ਸਾਫਟ ਤੇ ਸਾਫ ਤੇ ਸਪਸ਼ਟ ਚੀਜ਼ ਹੈ ਵੀ ਹਰ ਬੰਦੇ ਨੂੰ ਬੋਲਣ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਜਮਹੂਰੀ ਅਧਿਕਾਰ ਸਭਾ ਮੰਨਦੀ ਹੈ ਵੀ ਉਹ ਅਧਿਕਾਰ ਹਰੇਕ ਬੰਦੇ ਕੋਲ ਮੌਜੂਦਾ ਉਹਦਾ ਹੈਗਾ ਤੇ ਉਹਦੇ ਤੋਂ ਖੋਇਆ ਨਹੀਂ ਜਾ ਸਕਦਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਧਰਾਵਾਂ ਨੇ ਉਹੀ ਆਵਾਜ਼ਾਂ ਜਿਹੜੀਆਂ ਅੱਜ ਬੋਲ ਰਹੀਆਂ ਨੇ ਇਸ ਸੱਤਾ ਦੇ ਖਿਲਾਫ ਇਹ ਜਿਹੜਾ ਸਾਡੇ ਇਸ ਮੁਲਕ ਦੇ ਵਿੱਚ ਹੈ ਇਹ ਗੰਧ ਪੈ ਰਿਹਾ ਵਾ ਜਿਹੜਾ ਚੋਣਾ ਤੱਕ ਆਉਂਦੇ ਹੋਏ ਹੋਰ ਤੇਜ਼ੀ ਨਾਲ ਵਧ ਰਿਹਾ ਵਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਰੋਧ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਅੱਜ ਸਿਰਫ ਉਹਨਾਂ ਨੂੰ ਦਬਾਉਣ ਦੇ ਲਈ ਬੰਦ ਕਰਨ ਦੇ ਲਈ ਤੇ ਇੱਕ ਏਸ ਹਿੰਦੂ ਤਫਾਸੀਵਾਦ ਦਾ ਪੰਜਾਬ ਦੇ ਵਿੱਚ ਆਧਾਰ ਖੜਾ ਕਰਨ ਦੇ ਲਈ ਇਹ ਜਿਹੀਆਂ ਕੋਸ਼ਿਸ਼ਾਂ ਜਿਹੜੀਆਂ ਅੱਜ ਉਹ ਕੀਤੀਆਂ ਜਾ ਰਹੀਆਂ ਨੇ ਹੁਣ ਆਖਰੀ ਸਵਾਲ ਮੇਰਾ ਇਹ ਹੈ ਕਿ ਅਸੀਂ ਦੇਖਦੇ ਹਾਂ ਅਸੀਂ ਵੀ ਸੋਸ਼ਲ ਮੀਡੀਆ ਯੂਜ਼ਰ ਆ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਚਲਾਉਂਦੇ ਨੇ ਇਹਦੇ ਪੋਜ਼ਿਟਿਵ ਪੱਖ ਵੀ ਹੈਗੇ ਨੇ ਤੇ ਇਹਦੇ ਨੈਗੇਟਿਵ ਪੱਖ ਵੀ ਹੈਗੇ ਨੇ ਇਹਨਾਂ ਸੋਸ਼ਲ ਮੀਡੀਆ ਹੈਂਡਲਾਂ ਨੂੰ ਉਦਾਹਰਣ ਤੇ ਬਹੁਤ ਸਾਰੀ ਹੇਟ ਦੀ ਰਾਜਨੀਤੀ ਵੀ ਸੋਸ਼ਲ ਮੀਡੀਆ ਤੋਂ ਹੋ ਰਹੀ ਆ ਪੂਰੀ ਦੀ ਪੂਰੀ ਫੇਕ ਆਈਡੀਆਂ ਤੋਂ ਕਮੈਂਟ ਕੀਤੇ ਜਾਂਦੇ ਨੇ ਉਹਨਾਂ ਤੇ ਕਦੇ ਕਾਰਵਾਈ ਨਾ ਕੋਈ ਸਾਈਬਰ ਕਰਾਇਮ ਦੇ ਵੱਲੋਂ ਹੁੰਦੀ ਆ ਨਾ ਕਿਸੇ ਹੋਰ ਬਿਲਕੁਲ ਜੀ ਬਿਲਕੁਲ ਮਤਲਬ ਤੁਸੀਂ ਇਹ ਦੇਖੋ ਵੀ ਜਦੋਂ ਵੀ ਤੁਸੀਂ ਕੋਈ ਵੀ ਪੋਸਟ ਪਾਉਂਦੇ ਹੋ ਕਿਸੇ ਵੀ ਤਰ੍ਹਾਂ ਦੀ ਮੈਂ ਵੀ ਇੱਕ ਦੋ ਪੋਸਟਾਂ ਪਾਈਆਂ ਨੇ ਤਾਂ ਤੁਹਾਨੂੰ ਥੱਲੇ ਟ੍ਰੋਲਿੰਗ ਬਹੁਤ ਹੁੰਦੀ ਹੈ ਟ੍ਰੋਲਿੰਗ ਛੱਡੋ ਬਹੁਤ ਘਟਿਆ ਲੈਵਲ ਦੇ ਉੱਤੇ ਤੁਹਾਡੀ ਨਾਲ ਮਤਲਬ ਜਿਵੇਂ ਰਾਣਾ ਯੂਬ ਹੈ ਉਹ ਪੱਤਰਕਾਰ ਹੈ ਉਹਨੇ ਗੁਜਰਾਤ ਫਾਈਲ ਨਾ ਕਿਤਾਬ ਲਿਖੀ 2002 ਦੇ ਵਿੱਚ ਜਿਹੜਾ ਗੁਜਰਾਤ ਚ ਕਤਲੇਆਮ ਇਹ ਗੰਦੀਆਂ ਤੋਂ ਗੰਦੀਆਂ ਚੀਜ਼ਾਂ ਬੋਲੀਆਂ ਜਾ ਰਹੀਆਂ ਨੇ ਵੀ ਤੇਰੇ ਨਾਲ ਔਰਤ ਹੋਣ ਦੇ ਨਾਤੇ ਸੀ ਆਹ ਆਹ ਕੁਛ ਕਰ ਦਾਂਗੇ ਤੂੰ ਸਾਡੇ ਧਰਮ ਬਾਰੇ ਕਿਵੇਂ ਕੁਛ ਬੋਲ ਸਕਦੀਆਂ ਬਲਕਿ ਉਹਦੀਆਂ ਬਿਲਕੁਲ ਹੀ ਵਿਗਿਆਨਕ ਗੱਲਾਂ ਹੁੰਦੀਆਂ ਨੇ ਉਹ ਕੋਈ ਬਹੁਤ ਪੜਕਾਵੀਆਂ ਚੀਜ਼ਾਂ ਬੋਲਦੀ ਵੀ ਨਹੀਂ ਹੈ ਉਹ ਲਿਖਦੀ ਹੈ ਉਹ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰ ਰਹੀ ਹੈ ਜਿਵੇਂ ਇਹਦੇ ਵਿੱਚ ਕੇਸ ਇਹਨਾਂ ਕੇਸਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੈ ਹੁਣ ਉਹਨਾਂ ਤੱਥਾਂ ਦੇ ਆਧਾਰ ਤੇ ਤੁਸੀਂ ਉਹਦਾ ਜਵਾਬ ਦੇਣ ਦੀ ਥਾਂ ਤੇ ਕੀ ਕਰ ਰਹੇ ਹੋ ਜੈ ਸ਼ਰੀ ਰਾਮ ਆਪਨੇ ਬੋਲਾਗੇ ਜੈ ਸ਼੍ਰੀ ਰਾਮ ਮਤਲਬ ਇੱਕ ਨਾਰਾ ਹੀ ਬਣਾ ਲਿਆ ਵੀ ਅਸੀਂ ਕੋਈ ਵੀ ਗੱਲ ਹੋਵੇ ਅਸੀਂ ਉਹਦਾ ਜਵਾਬ ਇਹੀ ਦੇਣਾ ਕਿਉਂਕਿ ਸਾਡੇ ਕੋਲ ਤਰਕ ਦੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ ਸਾਡਾ ਹਾਜਮਾ ਜਿਹੜਾ ਉਹ ਵੱਧ ਕਮਜ਼ੋਰ ਹੋ ਚੁੱਕਿਆ ਜਿਵੇਂ ਹੁਣ ਜਿਹੜੀ ਸੁਰਜੀਤ ਦੋਧਰ ਵਾਲੀ ਇੰਟਰਵਿਊ ਹੈ ਦਿਨ ਦੁਨੀਆ ਚੈਨਲ ਤੇ ਉਹ ਤੁਸੀਂ ਇੰਟਰਵਿਊ ਚੱਕ ਕੇ ਉਹਦੇ ਥੱਲੇ ਕਮੈਂਟ ਪੜ੍ਹ ਲਓ ਬਹੁਤ ਸਾਰੇ ਲੋਕਾਂ ਨੇ ਸ਼ਲਾਘਾ ਕੀਤੀ ਹੈ ਤਰਕ ਦੇ ਆਧਾਰ ਤੇ ਕੀਤੀ ਹੈ ਉਹ ਜਿਹੜੀਆਂ ਗੱਲਾਂ ਕਰਦੇ ਨੇ ਉਹ ਉਹਦਾ ਉਹ ਦਿੰਦੇ ਨਹੀਂ ਵੀ ਪਿੱਛੋਂ ਇਹ ਮੈਂ ਕਿਹੜੀ ਹਾਮੀ ਇਫੈਕਟ ਦਿੰਦੇ ਨੇ ਉਹ ਵੀ ਮੈਂ ਇਸ ਕਿਹੜੇ ਆਧਾਰ ਤੇ ਇਹ ਗੱਲ ਕਰ ਰਿਹਾ ਤੇ ਥੱਲੇ ਜਿਹੜੇ ਲੋਕ ਉਹਦਾ ਵਿਰੋਧ ਕਰ ਰਹੇ ਨੇ ਉਹ ਕੀ ਕਰ ਰਹੇ ਨੇ ਉਹ ਸਿਰਫ ਗਾਲਾਂ ਕੱਢ ਰਹੇ ਨੇ ਉਹ ਧਮਕੀਆਂ ਦੇ ਰਹੇ ਨੇ ਉਹਨਾਂ ਕੋਲ ਅਸਲ ਵਿੱਚ ਦਿਮਾਗ ਦੇ ਬੋਝੇ ਖਾਲੀ ਹੋ ਚੁੱਕੇ ਨੇ ਆਪਾਂ ਇਹੀ ਕਹਿੰਦੇ ਆ ਵੀ ਜੇ ਤੁਹਾਨੂੰ ਉਹ ਚੀਜ਼ ਨਹੀਂ ਮਨਜ਼ੂਰ ਤੁਸੀਂ ਆਪਦੇ ਵੱਲੋਂ ਉਹਦੇ ਬਰਾਬਰ ਉਹਦੇ ਜਵਾਬ ਦੇ ਵਿੱਚ ਗੱਲ ਰੱਖੋ ਨਾ ਹਾਂ ਆਪਦੇ ਵੱਲੋਂ ਆਪਦਾ ਵਿਚਾਰ ਰੱਖੋ ਆਪਦੀ ਗੱਲ ਰੱਖੋ ਪਰ ਕਿਉਂਕਿ ਤੁਹਾਡੇ ਕੋ ਸੱਚਮੁੱਚ ਉਹਦਾ ਜਵਾਬ ਹੀ ਨਹੀਂ ਹੈ ਜਦੋਂ ਹੈ ਹੀ ਇਤਿਹਾਸ ਮਤਲਬ ਇਹਨਾਂ ਚੀਜ਼ਾਂ ਬਾਰੇ ਤਾਂ ਇਹ ਤਾਂ ਸੁਪਰੀਮ ਕੋਰਟ ਵੀ ਮੰਨਦਾ ਇਹ ਤਾਂ ਬਹੁਤ ਸਾਰੀਆਂ ਕੀ ਕਹਿੰਦੇ ਇਹ ਤਾਂ ਸਾਡੇ ਬਹੁਤ ਸਾਰੇ ਇਤਿਹਾਸਕਾਰ ਨੇ ਜਿਨ੍ਹਾਂ ਨੇ ਇਹ ਗੱਲਾਂ ਪ੍ਰੂਫ ਕੀਤੀਆਂ ਨੇ ਵੀ ਕਿ ਮ ਇਤਿਹਾਸ ਕਥਾਵਾਂ ਨੇ ਕੋਈ ਇਤਿਹਾਸ ਤਾਂ ਹੈ ਨਹੀਂ ਹੈ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਆ ਫਿਰ ਉਹਨਾਂ ਨੂੰ ਲੱਗਦਾ ਵੀ ਸਾਡੀਆਂ ਤਾਂ ਧਾਰਮਿਕ ਭਾਵਨਾਵਾਂ ਹੁੰਦੀਆਂ ਨੇ ਵੀ ਇਹ ਤਾਂ ਤੁਹਾਨੂੰ ਸੋਚਣਾ ਚਾਹੀਦਾ ਨਾ ਵੀ ਤੁਹਾਡੀਆਂ ਧਾਰਮਿਕ ਭਾਵਨਾਵਾਂ ਤੇ ਇੰਨੀ ਠੇਸ ਕਿਉਂ ਪਹੁੰਚ ਰਹੀ ਹੈ ਇਸ ਕਰਕੇ ਸਵਾਲ ਤੁਹਾਨੂੰ ਆਪਦੇ ਆਪਣੇ ਨਾਲ ਕਰਨਾ ਚਾਹੀਦਾ ਹੈ ਤੁਹਾਨੂੰ ਪੜ੍ਹਨਾ ਲਿਖਣਾ ਚਾਹੀਦਾ ਇੱਕ ਮਤਲਬ ਸੋਚ ਬਣਾਉਣੀ ਚਾਹੀਦੀ ਹੈ ਵਿਗਿਆਨਕ ਤੌਰ ਤੇ ਤਾਂ ਕਿ ਸਮਾਜ ਨੂੰ ਇੱਕ ਬ ਕੇ ਪਲਕੀਓ ਤੋਂ ਉਲਟ ਹੋ ਰਿਹਾ ਤੇ ਇਹਨੂੰ ਹਵਾ ਅੱਜਕੱਲ ਦੀ ਸਰਕਾਰ ਖਾਸ ਤੌਰ ਤੇ ਜਿਹੜੀ ਭਾਜਪਾ ਦੀ ਫਾਸ਼ੀਵਾਦੀ ਸਰਕਾਰ ਹੈ ਉਹ ਦੇ ਰਹੀ ਹੈ ਨਾਲ ਦੀ ਨਾਲ ਜਿਹੜੀ ਕੇਜਰੀਵਾੜ ਸਰਕਾਰ ਹੈ ਤੇ ਹੋਰ ਬਹੁਤ ਸਾਰੀਆਂ ਸਰਕਾਰਾਂ ਇਹਨੂੰ ਅਸੀਂ ਕਾਂਗਰਸ ਨੂੰ ਇਹਦੇ ਵਿੱਚੋਂ ਬਰੀ ਨਹੀਂ ਕਰਦੇ ਕਾਂਗਰਸ ਬਹੁਤ ਵੱਡੀ ਦੋਸ਼ੀ ਰਹੀ ਹੈ ਇਹ ਸਾਰੇ ਕੰਮ ਦੇ ਲਈ ਕਾਂਗਰਸ ਨੇ ਵੀ ਬਹੁਤ ਵੱਡਾ ਰੋਲ ਨਿਭਾਇਆ ਹੈ ਤੇ ਅੱਜ ਵੀ ਉਹ ਉਸੇ ਤਰ੍ਹਾਂ ਦੇ ਏਜੰਡੇ ਨਾਲ ਚੱਲ ਰਹੀ ਹੈ ਪਰ ਇਸ ਵੇਲੇ ਜਿਹੜੀ ਸੱਤਾ ਦੇ ਵਿੱਚ ਬੈਠੀ ਸਰਕਾਰ ਹੈ ਉਹਦੀ ਸ਼ਰਿਆਮ ਖੁੱਲੀ ਸ਼ੈ ਇੰਨਾ ਤਾਕਤਾਂ ਦੇ ਲਈ ਜੀ ਧੰਨਵਾਦ ਜੀ ਤਾਂ ਜਿਹੜਾ ਏਜੰਡਾ ਜਿਸ ਦੇ ਲਈ ਜਿਸ ਦਿਨ ਵੋਟਾਂ ਦੇ ਲਈ ਜਿਹੜਾ ਫਿੱਟ ਬੈਠਦਾ ਔਰ ਖਾਸ ਤੌਰ ਤੇ ਅਗਰ ਇਨ੍ਹਾਂ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਕਾਰਵਾਈ ਦੀ ਗੱਲ ਹੈ ਇਹਨਾਂ ਨੂੰ ਜਿਹੜਾ 295 ਦੇ ਵਿੱਚ ਘਰੀਸਿਆ ਜਾ ਸਕਦਾ ਤਾਂ ਬਹੁਤ ਸਾਰੇ ਫੇਕ ਤੇ ਸੋਸ਼ਲ ਮੀਡੀਆ ਤੇ ਜਿਹੜੀ ਟ੍ਰੋਲਿੰਗ ਵਾਲੇ ਖਾਤੇ ਨੇ ਜਿੱਥੇ ਹੇਟ ਦੀ ਰਾਜਨੀਤੀ ਹੁੰਦੀ ਆ 24 ਘੰਟੇ ਜਿਹੜੀ ਨਫਰਤ ਫੈਲਾਈ ਜਾਂਦੀ ਹੈ ਤਾਂ ਉਹਨਾਂ ਤੇ ਸਾਈਬਰ ਕ੍ਰਾਈਮ ਜਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਹ ਕਦੋਂ ਹੋਣਗੀਆਂ ਸਵਾਲ ਇਹ ਵੀ ਵੱਡਾ ਖੜਾ ਹੁੰਦਾ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸੁਰਿੰਦਰ ਮੈਂ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ